ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। SGPC ਪ੍ਰਧਾਨ ਦੀ ਚੋਣ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਤੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਪ੍ਰਧਾਨ ਉਹ ਬਣੇ ਜੋ ਕੌਮ ਦਾ ਭਲਾ ਸੋਚੇ, ਤੇ ਆਖਿਰਕਾਰ 169 ਸੀਟਾਂ ਵਿੱਚ 154 ਸੀਟਾਂ ਲੈ ਕੇ ਗੋਬਿੰਦ ਸਿੰਘ ਲੌਂਗੋਵਾਲ ਬਣੇ SGPC ਦੇ ਅਗਲੇ 42ਵੇਂ ਪ੍ਰਧਾਨ। ਨਾਲ ਹੀ ਸੀਨੀਅਰ ਉਪ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਰਘੁਜੀਤ ਸਿੰਘ ਨੂੰ ਅਤੇ ਜੂਨੀਅਰ ਪ੍ਰਧਾਨ ਬਣੇ ਹਰਪਾਲ ਸਿੰਘ। ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਕਾਫੀ ਉਤਾਵ ਚੜਾਵ ਆਏ ਅਤੇ ਕਾਫੀ ਅਜਿਹੀਆਂ ਚੀਜ਼ਾਂ ਰਹੀਆਂ ਜਿਨ੍ਹਾਂ ਉੱਤੇ ਸਵਾਲ ਚੁੱਕੇ ਗਏ, ਜਿੱਦਾਂ ਸਿਆਸੀ ਰੈਲੀਆਂ ਵਿੱਚ ਕਿਰਪਾਲ ਸਿੰਘ ਬਡੂੰਗਰ ਦਾ ਪਹੁੰਚਣਾ। ਹੁਣ ਦੇਖਣਾ ਇਹ ਹੋਵੇਗਾ ਕਿ ਗੋਬਿੰਦ ਸਿੰਘ ਲੌਂਗੋਵਾਲ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਕਿਹੜੇ ਰਸਤੇ ਲੈ ਕੇ ਜਾਂਦੇ ਨੇ। ਅਗਰ ਗੱਲ ਕਰੀਏ ਗੋਬਿੰਦ ਸਿੰਘ ਲੌਂਗੋਵਾਲ ਦੀ ਤਾਂ 1997 ਵਿੱਚ ਜਦੋਂ ਬਾਦਲ ਸਰਕਾਰ ਬਣੀ ਸੀ ਤਾਂ ਲੌਂਗੋਵਾਲ ਉਸ ਵੇਲੇ ਰਾਜ ਮੰਤਰੀ ਸਨ, ਅਤੇ ਲੌਂਗੋਵਾਲ ਦੀ ਅਗਰ ਸ਼ਖਸੀਅਤ ਦੀ ਗੱਲ ਕੀਤੀ ਜਾਵੇ, ਉਹਨਾਂ ਦੇ ਆਚਰਣ ਦੀ, ਉਹਨਾਂ ਦੇ ਵਿਵਹਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਛਵੀ ਲੋਕਾਂ ਦੇ ਵਿੱਚ ਇੱਕ ਬਹੁਤ ਹੀ ਸੂਝਵਾਨ ਵਿਅਕਤੀ ਦੀ ਹੈ, ਬਹੁਤ ਹੀ ਸਹਿਜਤਾ ਦੇ ਨਾਲ ਅਤੇ ਸਮਝਦਾਰੀ ਦੇ ਨਾਲ ਚੱਲਣ ਵਾਲੇ ਇਨਸਾਨ ਦੀ ਹੈ। ਪਰ ਸੰਗਤ ਨੂੰ ਅਜੇ ਵੀ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਸੁਖਬੀਰ ਸਿੰਘ ਬਾਦਲ ਕਿਸ ਹੈਸੀਅਤ ਦੇ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ SGPC ਦੀ ਮੀਟਿੰਗ ਵਿੱਚ ਗਏ ਸਨ ਅਤੇ ਉਹਨਾਂ ਨੇ ਕਿਸ ਹੈਸੀਅਤ ਦੇ ਨਾਲ ਅਗਲਾ ਕੈਂਡੀਡੇਟ ਅਨਾਊਂਸ ਕਰਨ ਦੇ ਅਧਿਕਾਰ ਲਏ ਸਨ ਜਾਂ ਕਿਸ ਹੈਸੀਅਤ ਦੇ ਨਾਲ ਮੈਂਬਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਅਧਿਕਾਰ ਦਿੱਤੇ ਸਨ। ਕੌਮ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਸੁਖਬੀਰ ਸਿੰਘ ਬਾਦਲ ਕਿਸ ਅਧਿਕਾਰ ਦੇ ਨਾਲ ਉੱਥੇ ਗਏ ਸਨ। ਉਹ ਇੱਕ ਸਿਆਸੀ ਪਾਰਟੀ ਦੇ ਪ੍ਰਧਾਨ ਨੇ ਜਾਂ ਇੱਕ ਧਾਰਮਿਕ ਆਗੂ, ਕਿਉਂਕਿ ਅਗਰ ਕੋਰਟ ਦੇ ਹੁਕਮ ਮੰਨੀਏ ਤਾਂ ਕਿਸੇ ਵੀ ਸਿਆਸੀ ਧਿਰ ਦਾ ਆਗੂ ਧਾਰਮਿਕ ਗਤੀਵਿਧੀਆਂ ਦੇ ਵਿੱਚ ਹਸਤਕਸ਼ੇਪ ਨਹੀਂ ਕਰ ਸਕਦਾ, ਇੰਟਰਫੇਅਰ ਨਹੀਂ ਕਰ ਸਕਦਾ। ਜਾਂ ਜੋ ਇਲਜ਼ਾਮ SGPC ਉੱਤੇ ਹਮੇਸ਼ਾ ਲੱਗਦੇ ਆਏ ਨੇ ਅਤੇ ਬਾਦਲ ਪਰਿਵਾਰ ਨੂੰ ਹਮੇਸ਼ਾ ਇਹਨਾਂ ਦੇ ਨਾਲ ਜੋੜਿਆ ਜਾਂਦਾ ਰਿਹਾ ਹੈ ਕਿ ਉਹ ਸੱਚ ਨੇ, ਕਿ ਵਾਕੇ ਹੀ ਪ੍ਰਧਾਨ ਲਿਫਾਫੇ ਵਿੱਚੋਂ ਨਿਕਲ ਕੇ ਬਣਦੇ ਨੇ, ਕਿ ਵਾਕੇ ਹੀ SGPC ਸਿਆਸੀ ਧਿਰ ਦੇ ਹੱਥ ਦੀ ਕਠਪੁਤਲੀ ਹੈ। ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਕਿ ਗੋਬਿੰਦ ਸਿੰਘ ਲੌਂਗੋਵਾਲ ਵਾਕੇ ਹੀ ਇੱਕ ਕੌਮ ਦੇ ਚੰਗੇ ਆਗੂ ਦੀ ਭੂਮਿਕਾ ਨਿਭਾਉਂਦੇ ਨੇ, SGPC ਨੂੰ ਚੰਗੇ ਪਾਸੇ ਲੈ ਕੇ ਜਾਂਦੇ ਨੇ, ਕੌਮ ਦੀ ਚੜ੍ਹਦੀ ਕਲਾ ਵਿਖਾਉਂਦੇ ਨੇ, ਜਾਂ ਉਹ ਵੀ ਸਿਆਸੀ ਧਿਰਾਂ ਦੇ ਹੱਥ ਦੀ ਕਠਪੁਤਲੀ ਬਣ ਕੇ ਰਹਿ ਜਾਂਦੇ ਨੇ। ਇਫ ਯੂ ਲਾਈਕ ਦਾ ਨਿਊਜ਼, ਪਲੀਜ਼ ਲਾਈਕ ਐਂਡ ਸ਼ੇਅਰ ਦਾ ਨਿਊਜ਼ ਐਂਡ ਸਬਸਕ੍ਰਾਈਬ ਦਾ ਚੈਨਲ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।